ਇਹ ਯਾਦ ਰੱਖੋ ਕਿ ਇੱਕ ਹੱਥ ਦੇ ਨਾਲ ਕੋਈ ਚੀਜ਼ ਨਹੀਂ, ਤਾਲੀ ਨਹੀਂ ਵੱਜਦੀ। ਇਜ਼ਹਾਰੇ ਖੁਸ਼ੀ ਨਹੀਂ ਹੁੰਦਾ, ਮਸਰਤ ਦਾ ਇਜ਼ਹਾਰ ਨਹੀਂ ਹੁੰਦਾ, ਵਾਕਫ ਨਹੀਂ ਕਿਹਾ ਜਾਂਦਾ, ਰੋਬ ਨਹੀਂ ਬਣਦਾ ਆਪਣੀ ਸ਼ਖਸੀਅਤ ਦਾ, ਜਿਹਦਾ ਅਸਰ ਦੂਸਰੇ ਦੂਤੇ ਪਾਉਣਾ ਚਾਹੁੰਦੇ ਹੋ। ਜਿਹੜਾ ਕਾਮਯਾਬ ਲੌਟੇ ਹੈ, ਭਾਵੇਂ ਉਹ ਹੱਜ ਕਰਕੇ ਆਇਆ, ਉਮਰਾ ਕਰਕੇ ਆਇਆ ਜਾਂ ਜੰਗ ਜਿੱਤ ਕੇ ਆਇਆ, ਉਸਨੂੰ ਭਾਵੇਂ ਨੇਦਾ ਸੁੱਟ ਕੇ ਆਇਆ, ਇਹ ਦੋ ਹੱਥ ਜਿਸ ਵੇਲੇ ਆਪਸ ਦੇ ਵਿੱਚ ਮਿਲਾਪ ਕਰਨਗੇ, ਮੁਹੱਬਤ ਕਰਨਗੇ, ਆਪਸ 'ਚ ਮਿਲਣਗੇ, ਇਹਨੂੰ ਤਾਲੀ ਕਹਿੰਦੇ ਨੇ। ਇਹਦਾ ਇਜ਼ਹਾਰ ਹੈ ਖੁਸ਼ੀ ਔਰ ਮਸਰਤ। ਇਹ ਕਿਸੇ ਜਗ੍ਹਾ ਤੇ ਮਾਯੂਬ ਨਹੀਂ, ਅੱਜ ਤੋਂ ਬਾਅਦ ਇਹ ਨਹੀਂ ਕਹਿਣਾ, ਕੱਲ ਵੀ ਇਸਲਾਮ 'ਚ ਮਨਾ, ਨਾ ਤਹਿਕੀਕ ਕਰੋ, ਜੇ ਇਸਲਾਮ 'ਚ ਹੋਵੇ 10,000 ਰੁਪਿਆ ਇਨਾਮ।